ਤੇ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਨਿੱਗੀ ਜੀਆਂ ਨੂੰ ਤੁਹਾਨੂੰ ਸਾਡੀ ਖਾਸ ਮੁਲਾਕਾਤ ਵਿੱਚ। ਜਦੋਂ ਖਾਸ ਮੁਲਾਕਾਤ ਦੀ ਗੱਲ ਹੁੰਦੀ ਹੈ ਤੇ ਤੁਹਾਨੂੰ ਵੀ ਇੰਤਜ਼ਾਰ ਰਹਿੰਦਾ ਕਿ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ ਤੇ ਕਿਹਨਾਂ ਸ਼ਖਸੀਅਤਾਂ ਨੂੰ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ। ਤੇ ਇਸੇ ਤਰ੍ਹਾਂ ਮੈਨੂੰ ਵੀ ਹਮੇਸ਼ਾ ਇਹੀ ਮੈਂ ਤਤਪਰ ਰਹਿੰਦੀ ਹਾਂ ਕਿ ਮੈਂ ਕਿਹਨਾਂ ਲੋਕਾਂ ਨੂੰ ਤੁਹਾਡੇ ਤੱਕ ਲੈ ਕੇ ਆਵਾਂ ਤਾਂ ਕਿ ਤੁਹਾਨੂੰ ਜਾਣਕਾਰੀ ਮਿਲ ਸਕੇ ਸਾਡੀ ਕਮਿਊਨਿਟੀ 'ਚ ਕੀ ਹੋ ਰਿਹਾ। ਬੱਚਿਆਂ ਦੇ ਲਈ ਅਸੀਂ ਕੀ ਕਰ ਰਹੇ ਹਾਂ, ਅਸੀਂ ਆਪਣੀਆਂ ਭੈਣਾਂ ਦੇ ਲਈ, ਔਰਤਾਂ ਦੇ ਲਈ ਕੀ ਕਰ ਰਹੇ ਹਾਂ ਅਤੇ ਪੂਰੀ ਕਮਿਊਨਿਟੀ ਦੇ ਲਈ ਕੀ ਕਰ ਰਹੇ ਹਾਂ। ਸੋ ਬਹੁਤ ਸਾਰੇ ਲੋਕ ਆ, ਬਹੁਤ ਸਾਰੀਆਂ ਸੁਸਾਇਟੀਜ਼ ਆ ਸਾਡੀ ਕਮਿਊਨਿਟੀ 'ਚ ਜਿਹੜੇ ਹਮੇਸ਼ਾ ਹੀ ਕੁਛ ਨਾ ਕੁਛ ਕਮਿਊਨਿਟੀ ਦਾ ਚੰਗਾ ਸੋਚਦੇ ਰਹਿੰਦੇ ਆ ਅਤੇ ਚੰਗੀ ਗੱਲ ਵੀ ਆ। ਇਹੋ ਜਿਹੀਆਂ ਸੁਸਾਇਟੀਜ਼ ਹੋਰ ਹੋਣੀਆਂ ਚਾਹੀਦੀਆਂ। ਪਰ ਜਦੋਂ ਖੇਡਾਂ ਦੀ ਗੱਲ ਆਉਂਦੀ ਆ, ਕਹਿੰਦੇ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਆ। ਸੋ ਖੇਡਣ ਹੱਸਣ ਖੇਡਣ ਮਨ ਕਾ ਚਾਓ। ਸੋ ਖੇਡਾਂ ਦੀ ਜਦੋਂ ਗੱਲ ਆਉਂਦੀ ਆ ਤਾਂ ਸਮਰ ਦੇ ਵਿੱਚ ਸਾਰੇ ਚਾਹੁੰਦੇ ਆ ਬੱਚਿਆਂ ਨੂੰ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਪਾਇਆ ਜਾਵੇ। ਪਰ ਬੱਚਿਆਂ ਦੇ ਨਾਲ ਨਾਲ ਵੱਡਿਆਂ ਨੂੰ ਵੀ ਇਹਨਾਂ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣਾ ਚਾਹੀਦਾ। ਸੋ ਇਹੋ ਜਿਹੀਆਂ ਸਾਡੀਆਂ ਗੱਲਾਂ ਬਾਤਾਂ ਹੋਣਗੀਆਂ। ਅਤੇ ਸਾਡੇ ਨਾਲ ਅੱਜ ਬਹੁਤ ਹੀ ਪਿਆਰੀਆਂ ਦੋ ਸ਼ਖਸੀਅਤਾਂ ਆਈਆਂ ਨੇ ਕਮਿਊਨਿਟੀ ਦੇ ਵਿੱਚ ਆ, ਇੱਕ ਚੰਗੀ ਸੋਚ ਲੈ ਕੇ, ਇੱਕ ਸਪੋਰਟਸ ਰਿਲੇਟਿਡ ਸੁਸਾਇਟੀ ਲੈ ਕੇ ਸਾਡੇ ਕਹਿ ਲਓ ਕਿ ਕਮਿਊਨਿਟੀ ਦੇ ਵਿੱਚ ਅੱਗੇ ਆਏ ਨੇ ਤਾਂ ਕਿ ਕਮਿਊਨਿਟੀ ਰਲ ਕੇ ਇਸ ਨੂੰ ਹੋਰ ਗਾਂ ਤੱਕ ਲੈ ਕੇ ਜਾ ਸਕੇ, ਤਾਂ ਕਿ ਸਾਰੇ ਅਸੀਂ ਤੰਦਰੁਸਤ ਰਹਿ ਸਕੀਏ, ਖੇਡਾਂ ਨਾਲ ਜੁੜ ਸਕੀਏ। ਸੋ ਮੇਰੇ ਨਾਲ ਅੱਜ ਸਟੂਡੀਓ 'ਚ ਆਏ ਨੇ ਜੀ ਗੁਰਿੰਦਰ ਜੀ ਅਤੇ ਰਣਜੀਤ ਜੀ, ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਅਤੇ ਅਸੀਂ ਇਹਨਾਂ ਦੇ ਕੋਲੋਂ ਬਹੁਤ ਸਾਰੀਆਂ ਗੱਲਾਂ ਜਾਣਦੇ ਹਾਂ ਨਿਊਟਨ ਟੈਨਿਸ ਕਲੱਬ ਦੀਆਂ, ਕੀ ਆ ਕਲੱਬ, ਕੀ ਕਰਦੇ ਨੇ ਕਲੱਬ ਦੇ ਵਿੱਚ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਕੀ ਪਲੈਨਿੰਗਸ ਨੇ। ਸੋ ਆਓ ਜੀ ਇਹਨਾਂ ਨੂੰ ਜੀ ਆਇਆਂ ਕਰਦੇ ਹਾਂ। ਰਣਜੀਤ ਜੀ ਜੀ ਆਇਆਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਗੁਰਿੰਦਰ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਜਿੰਦਰ ਜੀ ਅਤੇ ਸਾਂਝਾ ਟੀਵੀ ਅਤੇ ਤੁਹਾਡੀ ਸਾਰੀ ਟੀਮ ਦਾ, ਨਿਊਟਨ ਟੈਨਿਸ ਕਲੱਬ ਮੇਰੇ ਵੱਲੋਂ, ਰਣਜੀਤ ਵੱਲੋਂ ਅਤੇ ਸਾਡੀ ਐਗਜ਼ੈਕਟਿਵ ਕਮੇਟੀ ਅਤੇ ਸਾਡੀ ਮੈਂਬਰਸ਼ਿਪ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਟਾਈਮ ਦੇਣ। ਥੈਂਕ ਯੂ ਗੁਰਿੰਦਰ ਜੀ ਤੁਹਾਡਾ ਕਿ ਤੁਸੀਂ ਸਾਡੇ ਤੱਕ ਪਹੁੰਚ ਕੀਤੀ ਅਤੇ ਇਹ ਜਾਣਕਾਰੀ ਲੈ ਕੇ ਆਏ ਕਿ ਨਿਊਟਨ ਟੈਨਿਸ ਕਲੱਬ ਐਕਚੁਅਲ ਦੇ ਵਿੱਚ ਹੈ ਕੀ ਆ, ਕਿਉਂਕਿ ਕਈ ਵਾਰੀ ਹੁੰਦਾ ਕਿ ਲੋਕਾਂ ਨੂੰ ਪਤਾ ਹੁੰਦਾ ਪਰ ਇਹ ਕਿਉਂ ਹੋਂਦ ਦੇ ਵਿੱਚ ਆਇਆ, ਬਣਿਆ ਕਿਉਂ ਔਰ ਕੀ ਕਾਰਨ ਸੀ। ਸੋ ਥੋੜ੍ਹਾ ਜਿਹਾ ਅਸੀਂ ਇਹਦੀ ਬੈਕਗ੍ਰਾਊਂਡ 'ਤੇ ਚੱਲਦੇ ਹਾਂ। ਬੇਸ਼ੱਕ ਤੁਸੀਂ 2015 ਤੋਂ ਇਸਦੀ ਸ਼ੁਰੂਆਤ ਕੀਤੀ ਸੀ ਪਰ ਮੈਂ ਚਾਹੂੰਗੀ ਕਿ ਡੀਟੇਲ 'ਚ ਇਹਦੇ ਬਾਰੇ ਸਾਨੂੰ ਦੱਸੋ ਥੋੜ੍ਹਾ ਜਿਹਾ। ਜ਼ਰੂਰ ਬਲਜਿੰਦਰ ਜੀ, ਜਿਹੜੀ ਟੈਨਿਸ ਇੱਕ ਗੇਮ ਆ, ਆਪਾਂ ਮੋਸਟਲੀ ਜਿਹੜੀ ਆਪਣੀ ਕਮਿਊਨਿਟੀ ਆ ਜੀ, ਜੋ ਇੰਡੀਆ ਤੋਂ ਆਈ ਆ, ਪੰਜਾਬ ਤੋਂ ਆਈ ਆ, ਜਾਂ ਯੂ ਨੋ ਅਰਾਊਂਡ ਪੰਜਾਬ, ਟੈਨਿਸ ਇੱਕ ਮੇਨ ਸਟ੍ਰੀਮ ਸਪੋਰਟ ਨਹੀਂ ਸੀਗੀ ਉਹਨਾਂ ਦਿਨਾਂ 'ਚ ਜਦੋਂ ਸਾਰੇ ਇੱਥੇ ਮੂਵ ਹੋਏ ਨੇ। ਜਾਂ ਅੱਜ ਕੱਲ੍ਹ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਟੈਨਿਸ ਦਾ ਬੋਲਬਾਲ ਆਇਆ ਜੀ, ਥਾਂ ਥਾਂ ਅਕੈਡਮੀਆਂ ਖੁੱਲ੍ਹ ਚੁੱਕੀਆਂ ਨੇ, ਉੱਥੇ ਬਹੁਤ ਚੰਗੇ ਪਲੇਅਰ ਬਣ ਰਹੇ ਨੇ। ਹਾਊਐਵਰ ਬੈਕ ਇਨ ਆਲ ਡੇਜ਼ ਇੰਨਾ ਟੈਨਿਸ ਕਾਮਨ ਨਹੀਂ ਸੀਗਾ, ਬਿਕੋਜ਼ ਫੈਸਿਲਿਟੀਜ਼ ਹੈ ਨਹੀਂ ਸੀਗੀਆਂ। ਜਦੋਂ ਉਹ ਕਮਿਊਨਿਟੀ ਇੱਥੇ ਮੂਵ ਹੋਈ, ਕੰਮਾਂ ਕਾਰਾਂ 'ਚ ਪੈ ਗਏ ਜੀ ਸਾਰੇ ਜਾਣੇ, ਸੌਕਰ ਯੂ ਨੋ ਹਰ ਕੋਈ ਖੇਡ ਸਕਦਾ, ਪਰ ਜਦੋਂ ਟੈਨਿਸ ਦੇ ਕੋਰਟ ਦੇਖੇ, ਕੁਛ ਕੁ ਬੰਦਿਆਂ ਨੇ ਸਾਡੇ ਕਲੱਬ ਦੇ ਜਿਹੜੇ ਮੋਹ ਬਣਦੇ ਨੇ, ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਸੀ, ਜਦੋਂ ਉਹਨਾਂ ਨੇ ਕੋਰਟ ਦੇਖੇ, ਉਹਨਾਂ ਨੇ ਰੈਕਟ ਲਏ ਅਤੇ ਟਰਾਈ ਕਰਨੀ ਸ਼ੁਰੂ ਕੀਤੀ ਟੈਨਿਸ ਦੀ। ਦਿਸ ਇਜ਼ ਹਾਓ ਟੈਨਿਸ ਨਿਊਟਨ ਟੈਨਿਸ ਕਲੱਬ ਸ਼ੁਰੂ ਹੋਇਆ, ਹੋਣ 'ਚ ਆਇਆ ਜੀ। ਯਾ ਸੋ ਤੁਸੀਂ ਇਹਨੂੰ ਐਜ਼ ਅ ਸੋਸਾਇਟੀ ਰਜਿਸਟਰਡ ਕਦੋਂ ਕੀਤਾ ਸੀਗਾ? ਕਲੱਬ ਅਨਅਫਿਸ਼ਲੀ ਮੈਂ ਕਹੂੰਗਾ ਜੀ 2015 ਦੇ ਵਿੱਚ, ਆਈ ਵੁੱਡ ਸੇ ਅਨਅਫਿਸ਼ਲੀ ਹੋਣ 'ਚ ਆ ਗਿਆ ਸੀ 2015 ਤੋਂ। ਇੱਕ ਮੇਲਾ ਹਰੇਕ ਸਾਲ ਨਿਊਟਨ ਟੈਨਿਸ ਕਲੱਬ ਲਾਉਂਦਾ ਰਿਹਾ ਆਪਣੇ ਨਿਊਟਨ ਅਥਲੈਟਿਕ ਪਾਰਕ ਵਾਲੇ ਕੋਰਟਸ ਦੇ ਉੱਤੇ, ਜਿਹਨੂੰ ਇੱਕ ਡਬਲਸ ਟੂਰਨਾਮੈਂਟ ਦਾ ਰੂਪ ਦਿੱਤਾ ਗਿਆ ਸੀ। ਟੀਮਾਂ ਬਰਨਬੀ ਤੋਂ, ਵੈਨਕੂਵਰ ਤੋਂ, ਮੋਸਟਲੀ ਇੱਕ ਪੰਜਾਬੀ ਕਮਿਊਨਿਟੀ ਤੋਂ ਜਿਹੜੇ ਪਲੇਅਰ ਸੀਗੇ ਜੀ, ਉਹ ਆ ਕੇ ਉਹ ਡਬਲਸ ਟੂਰਨਾਮੈਂਟ ਖੇਡਦੇ ਰਹੇ। ਇੰਨਾ ਕੁ ਕਾਮਯਾਬ ਹੋਇਆ ਜੀ ਉਹ, ਹਰੇਕ ਸਾਲ ਯੂ ਨੋ ਪੁੱਛਿਆ ਜਾਂਦਾ ਵੀ ਨਿਊਟਨ ਟੈਨਿਸ ਕਲੱਬ ਦਾ ਡਬਲਸ ਟੂਰਨਾਮੈਂਟ ਕਦੋਂ ਆ ਰਿਹਾ। ਆਲਦੋ ਬਹੁਤ ਸਾਰੇ ਟੂਰਨਾਮੈਂਟ ਹੁੰਦੇ ਆ ਜਿਹੜੇ ਟੈਨਿਸ BC ਜਿਹੜੀ ਐਸੋਸੀਏਸ਼ਨ ਆ ਇੱਥੇ ਦੀ, ਉਹ ਕਰਵਾਉਂਦੀ ਹੈ। ਸੋ ਮੈਂ ਜਦੋਂ ਜੁਆਇਨ ਕੀਤਾ ਕਲੱਬ ਨੂੰ, ਜਿਹੜੇ ਸਾਡੇ ਲੀਡਰ ਨੇ ਸਰਦਾਰ ਜਸਵੀਰ ਸਿੰਘ ਭੰਦੇਰ ਅਤੇ ਵਾਈਸ ਪ੍ਰੈਜ਼ੀਡੈਂਟ ਸਾਡੇ ਰਾਜਦੀਪ ਝੱਲੀ ਜੀ, ਉਹਨਾਂ ਨੇ ਮੇਰੇ ਨਾਲ ਸਲਾਹ ਕੀਤੀ ਵੀ ਗੁਰਿੰਦਰ, ਇਹਨੂੰ ਕਿਸੇ ਹਿਸਾਬ ਨਾਲ ਆਪਾਂ ਇੱਕ ਰੂਪ ਦਿੱਤਾ ਜਾਵੇ, ਯੂ ਨੋ ਇਹਨੂੰ ਕਿਸੇ ਹਿਸਾਬ ਨਾਲ ਕਿਸੇ ਮੈਂਬਰਸ਼ਿਪ ਪੇਸ, ਯੂ ਨੋ ਟੈਨਿਸ BC ਦੇ ਨਾਲ ਅਸੀਂ ਕਿਸੇ ਹਿਸਾਬ ਨਾਲ ਐਸੋਸੀਏਟ ਹੋ ਜਾਈਏ। ਮੇਰਾ ਬੈਕਗ੍ਰਾਊਂਡ ਹੈ ਜੀ, ਮੈਂ ਫੀਲਡ ਹਾਕੀ ਦੇ ਨਾਲ ਵੀ ਇਨਵੋਲਵ ਰਿਹਾ। ਮੈਨੀਟੋਬਾ ਦੇ ਵਿੱਚ ਮੈਂ ਫੀਲਡ ਹਾਕੀ ਮੈਨੀਟੋਬਾ, ਜਿਹੜੀ ਸਾਡੀ ਪ੍ਰੋਵਿੰਸ਼ੀਅਲ ਔਰਗਨਾਈਜੇਸ਼ਨ ਸੀ, ਉਹਦਾ ਪ੍ਰੈਜ਼ੀਡੈਂਟ ਰਿਹਾ ਜੀ। ਸੋ ਮੈਨੂੰ ਥੋੜ੍ਹਾ ਜਿਹਾ ਬੈਕਗ੍ਰਾਊਂਡ ਸੀ ਅਤੇ ਆਈ ਟੁੱਕ ਦ ਲੀਡ। ਅਸੀਂ 2000 ਪਿਛਲੇ ਸਾਲ, ਸੋ 2019 ਦੇ ਵਿੱਚ ਸਾਡਾ ਪਹਿਲਾ ਓਫੀਸ਼ੀਅਲ ਈਅਰ ਸੀ। ਵੀ ਰਜਿਸਟਰਡ ਐਜ਼ ਅ ਸੋਸਾਇਟੀ ਨੋਨ ਪ੍ਰੋਫਿਟ, ਐਂਡ ਅਸੀਂ ਮੈਂਬਰ ਹਾਂ ਜੀ ਟੈਨਿਸ BC ਦੇ, ਜਿਹੜੀ ਕਿ ਆਪਣੀ ਪ੍ਰੋਵਿੰਸ਼ੀਅਲ ਬਾਡੀ ਹੈ।
and then Tennis BC to like a Tennis Canada. Tennis so Canada. We are a member with Tennis Canada. Yeah. Congratulations. Very Thank nice you. Step jada tusi eh liya aur bada vadhiya I hope aun wale samay ch community de layi bahut kuch tusi oh likhoge vadhiya. So Ranjit jadon main tuhanu mili si is to pehla ki assi interview start nahi si kiti te badhiya vadhiya tusi gallan karde si bade energetic ya sige aur sports nu leke. So main pehla thoda ja tade bare janna chahungi ki tusi koi sports pehla play karde ne. Haan ji, tennis since I was 7. So my mommy can this even, you know, we live in California. So for us, the weather both on and there's always sunshine and, you know, you can't just stay inside all the time. TV dekhte ro, you know. So fir assi tennis khedan ape ghar de nede tennis court sige. My big brothers too, oh, we sare khedde sige. And it just turned into something that we were really good at. And then my mom put us in tournaments and we started competing all around California. And it became a family event, so it's something that all of us did together, and my mom started to play too, and then it's just something we saw as an asset for us to get into prestigious high schools, prestigious universities, and on baki gore vi kerde they use sports to get scholarships to get to school, and my family is very important that we go to university to get educated, and I know money was an issue, so for me, tennis was my way to get a scholarship and get my education funded for. And it just ended up being a passion of mine that I liked more than just a reason to get to university. And it became something that taught me so many lessons in life and taught me a lot of discipline and something I want to pass on to my kids. And it's just a big part of my life. So. Just a happy coincidence. Last year, just si kisi nu milne gaya si Newton Athletic Park mein sade bacche ikatthe khedan and jadon main gayi mera man kita ba oh you know I see so many people playing tennis and I haven't played in like 8 years and I wanted to play and I said you know hey can I borrow a tennis racket can I just play I was wearing running shoes and they're like yes please come play with us and next thing you know 2 hours later I tore open my running shoes and I was like you know what this is it I have to come out here every day again and I just loved it like it's something I felt naturally I needed to do it made me feel so much better to go out there and play again and it was fun that was it was just fun to be out there wow very nice aur jadon kehnde hunde ki jehdi sadi mother ya sadi maa ya oh sadi pehli teacher hundi hai haan ji so really proud of your mother ki unhone inna vadhiya socheya she's the best tuhanu unhone is passe laya khedan na aur vaakya bachiyan nu parents hi sahi guide karde yes je sade maa pe nahi karoge te assi kehda model follow karoge right so for me it makes me happy halle vi meri mummy khedde ya so jadon meri mummy khedde it's like yeah if my mom can do this why can't I do this right That's very nice. There's no boundaries. ਜਦੋਂ ਗ੍ਰਿੰਦਰ ਜੀ ਅਸੀਂ ਗੱਲ ਕਰਦੇ ਆ ਕਿ ਸ਼ੁਰੂ ਕਰ ਲੈਂਦੇ ਅਸੀਂ ਕੋਈ ਵੀ ਸੋਸਾਇਟੀ ਕਰ ਲੈਂਦੇ ਆ ਉਹਨੂੰ ਰਨ ਕਰਨਾ ਬਹੁਤ ਹਾਰਡ ਹੁੰਦਾ ਕਮਿਊਨਿਟੀ ਨੂੰ ਗਾਈਡ ਕਰਨਾ ਬਹੁਤ ਹਾਰਡ ਹੁੰਦਾ ਉਹਨਾਂ ਨੂੰ ਦੱਸਣਾ ਕਿ ਸਾਡੇ ਅਸੀਂ ਕੀ ਸਾਡੀ ਸੋਚ ਕੀ ਅਸੀਂ ਕੀ ਕਰਨਾ ਚਾਹੁੰਦੇ ਆ ਸੋ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਤੁਸੀਂ ਕਿੰਨਾ ਕੁ ਵਰਕ ਕਰ ਰਹੇ ਕਮਿਊਨਿਟੀ ਦੇ ਨਾਲ ਕਿੰਨਾ ਕੁ ਕਮਿਊਨਿਟੀ ਨੂੰ ਪਤਾ ਆ ਇਸ ਟੈਨਿਸ ਕਲੱਬ ਬਾਰੇ ਕਿੰਨੇ ਕੁ ਲੋਕੀ ਤੁਹਾਨੂੰ ਜੁਆਇਨ ਕਰ ਰਹੇ ਆ ਗ੍ਰੇਟ ਕੁਐਸਚਨ ਪਟਿੰਦਰ ਜੀ ਯੂ ਨੋ There's a lot of options apne saryan kole hage bachiyan nu khedan diyan hagiyan ne however you know jehdi leadership sadi hagi sigi ji pehli jadon si last year vi jehdi executive committee si lot of volunteers lot of hardcore volunteers jinna da passion eh hi aa aap chahe nahi khedna unna da vision eh hega jehdi eh tennis di jehdi game aa jehdi sport aa apni community de vich inni common nahi hagi जो हैगी भी आ कोर्ट्स हैगे ने रैकेट्स हैगे ने थोड़ी जी स्ट्रक्चर्ड गेम आ देयर इज यू नो रूल्स एंड रेगुलेशंस स्कोरिंग किमें हुंदी आ ओह छेती किते समझ नहीं आउंदी हैगी सो इस ऑर्गेनाइजेशन दा ते जिहड़ी कमेटी नू लीड कर रही आ ते सारे मैंबर्स दा मेन रोल इही आ भी इस टैनिस नू जिहड़ी अपनी कम्यूनिटी दे विच मेन मेन यू नो इट्स नॉट मेन स्ट्रीम टू मेक इट कॉमन गिव दैम अ फैसिलिटी गिव दैम एन ऑप्शन it's not the cheapest sport out there no give them resources yes. give them a foundation to start exactly and that's what I had and I think that's very important that we're doing this for our community like if I didn't have somebody to go to teach me this game I wouldn't be where I am and I feel like the more people and more community we bring together to teach this sport too the bigger it's going to spread so kinne ko member ne tode gurinder ji is society de vich around last year di jehdi membership actually last night main te sade secretary gurmukh chutti di I think we were working till 11:30 jadon main unnu form jehde sade latest form ne cause covid karke bahut change hoyi ne sanu lot of waivers
ਤੇ ਯੂ نو ਲਾਇਬਿਲਿਟੀਜ਼ ਉਹ ਸਾਰੀਆਂ ਸਾਈਨ ਕਰਵਾਉਣੀਆਂ ਪੈਣੀਆਂ ਉਹਦੇ ਤੇ ਕੰਮ ਕਰ ਰਹੇ ਸੀ ਸੋ ਸਾਡੀ ਜਿਹੜੀ ਲਾਸਟ ਮੈਂਬਰਸ਼ਿਪ ਸੀਗੀ ਉਹ ਅਪਰੋਕਸੀਮੇਟਲੀ 100 ਮੈਂਬਰਸ ਸੀਗੇ ਜੀ along with we had about 30 kids join us as well through clinics and everything aur ranjit jadon assi gal karde ha ki lot of time ja jehdi mothers ya haanji ladies ya oh bachiyan nu leke jandiyan ground de vich apne bachiyan nu activities paya hunda ya haanji bacche khed rahe hunde ya mothers just baithiyan hundiyan koi phone te laggi ya koi apni gaddi ji baithe ya aur bacche khel lende oh apni ek duty samajhde ha ki assi leke gaye si bachiyan ne khed liya assi wapas le aanda haanji par mainu thodi soch badi vadhiya laggi ki jo bachiyan nu leke aa rahe oh khud vi kise sports nu join kar sakde haanji why not why not so, right to see ede bare kuch eh ho ja kar rahe ho koi eh ho ja program ulik rahe ho yes jehde special aurtan le hon pehna le hon ladies le hon so actually this year Newton Tennis Club they came up with a lot of programs and initiatives to do summer camps and classes and asi plan idan banaya si ve you know instead of the mom staying home with the kids why not the dad stay home and the moms come out to the tennis court and play I'm a mom and for me anytime somebody calls me to play tennis the first thing I think about is who's going to watch my kids so for me it's like why not why every time I went out there I didn't see moms there I didn't see ladies there and I wanted that I want you know they want to have fun too they want to socialize too they want to exercise too so it's like why not put all of that together so we wanted to do some clinics and just open camps where just for a day for like women's like maybe Wednesdays just for you know aunties and the moms to come out and play together and just have a good time to learn the sport and you don't need to compete but it's just something you can do for fun you know and we want to do the same thing for children and COVID-19 got a little bit in the way of our plans but our hope is still remains that as soon as you know City of Surrey lets us go out and play we want to have these initiatives even if we start from one day a week we want to get it to the point where you know they feel like hey Wednesdays is my night I'm going to go out or Fridays is my night to play tennis we have lights there they can stay out till 11 Absolutely. Playing you know yeah. So that's what we want to do and I feel like especially here I just feel like our community we can expand more and you know daughters too they'll want to play when they see their moms playing you know and that's the example we need to set we need to let them know hey our moms can do it too our moms don't just stay at home or our moms just sit in the car when we play sports no hey mom come play with me too yeah. You know it's a bonding experience it's something that's healthy and it's like we said we want our community to grow and learn about tennis and know that hey this is something we can all do as a family it's not just the dads and the kids exactly and the more moms that are out there the more girls are going to play right and I girls are the future so ek comment main karna chahna hai ji sadi jehdi Newton Tennis Center the vision the executive committee see the membership see vision and a broader when we chatted Ranjit nu jadon main milya nahi si I heard from the executive committee that this lovely lady you know moved from California plays tennis and sadi AGM sigi February de vich jadon you know board saal baad unna de role change hoye sige te navi election si so I was like you know je tusi Ranjit nu approach karo apne club da jada vision a all of a sudden oh inna khol jana that was my you know wish and a touch wood that's what's happening that's very nice. I'm very honored exactly. very honored that's very nice so bahut vadiya gallan ho rahi hain te waqai kende ki koi bhi society hove community de vich kuch bhi hove te aurtan da bhi barobarta da haq hunda unhan nu bhi participate karna chahida so ta hi jadon assi sare ral ke apni community de vich change kamma de layi sochange te phir hi assi ek vadiya samaj sirj sakange so rukde hain choti break de layi वापस आते हैं कीप वॉचिंग खास मुलाकात ब्रेक तो बाद मुड़ तो स्वागत है खास मुलाकात विच ते मेरे नाल आज खास गेस्ट आए ने जी Newton Tennis Club तो गुरिंदर जी ते रंजीत जी बहुत वधिया गल्लां कर रहे ने दस रहे ने कि कम्युनिटी दे विच आउण वाले समय च बहुत सारे असी लोग टैनिस जांदे ते हां असी देखदे वी आ लोकां नूं खेलदे ਪਰ ਕਿਤੇ ਨਾ ਕਿਤੇ ਸਾਨੂੰ ਇਹ ਹੁੰਦਾ ਕਿ ਅਸੀਂ ਖੇਲ ਸਕਦੇ ਹਾਂ ਦਿਲ ਕਰਦਾ ਸਾਡਾ ਖੇਲਣ ਨੂੰ ਪਰ ਕਿਤੇ ਨਾ ਕਿਤੇ ਅਸੀਂ ਰੁਕ ਜਾਂਦੇ ਹਾਂ ਪਰ ਹੁਣ ਰੁਕਣ ਦੀ ਲੋੜ ਨਹੀਂ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਤੇ ਤੁਹਾਨੂੰ ਦੱਸਣਗੇ ਕਿ ਖੇਡਣਾ ਕਿਵੇਂ ਹੈ ਕਿਵੇਂ ਜੁਆਇਨ ਕਰਨਾ ਹੈ ਸੋ ਆਓ ਇਹਨਾਂ ਦੇ ਕੋਲੋਂ ਹੋਰ ਜਾਣਕਾਰੀ ਲੈਂਦੇ ਹਾਂ ਸੋ ਗੁਰਿੰਦਰ ਜੀ ਰਣਜੀਤ ਜੀ ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਇਟਸ ਸਮਥਿੰਗ ਨਿਊ ਇਨ ਦ ਕਮਿਊਨਿਟੀ ਹਾਂਜੀ ਬੇਸ਼ੱਕ ਤੁਸੀਂ 2015 ਤੋਂ ਇਹ ਕਰ ਰਹੇ ਹੋ ਪਰ ਫਿਰ ਵੀ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਅੱਜ ਹੀ ਪਤਾ ਲੱਗਣਾ ਇਸ ਇੰਟਰਵਿਊ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਣਾ ਤੇ ਬਹੁਤ ਸਾਰੇ ਲੋਕ ਇਹਦੇ ਲਈ ਐਕਸਾਈਟਡ ਵੀ ਹੋ ਜਾਂਦੇ ਆ ਕਿ ਵਾਈ ਨਾਟ ਅਸੀਂ ਵੀ ਜਾ ਕੇ ਜੁਆਇਨ ਕਰੀਏ ਸੋ ਪਹਿਲਾਂ ਤੇ ਮੈਂ ਗੁਰਿੰਦਰ ਜੀ ਤੁਹਾਤੋਂ ਚਾਹੂੰਗੀ ਕਿ
ਤੁਸੀਂ ਦੱਸੋ ਕਿ ਕੋਈ ਆਨਲਾਈਨ ਪ੍ਰੋਗਰਾਮ ਕਿਸ ਤਰ੍ਹਾਂ ਤੁਹਾਨੂੰ ਜੁਆਇਨ ਕਰ ਸਕਦੇ ਆ, ਮੈਂਬਰ ਬਣ ਸਕਦੇ ਆ, ਜਾਂ ਐਜ਼ ਅ ਵਾਲੰਟੀਅਰ ਆ ਸਕਦੇ ਆ, ਜਾਂ ਉਹ ਖੇਡਣਾ ਚਾਹੁੰਦੇ, ਜਾਂ ਬੱਚਿਆਂ ਨੂੰ ਰਜਿਸਟਰ ਕਰਾਉਣਾ ਚਾਹੁੰਦੇ, ਉਹ ਕਿਵੇਂ ਹੋਊਗਾ ਆਨਲਾਈਨ? ਇਹ ਸਾਰਿਆਂ ਤੋਂ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਆ, ਮੈਂ ਪਹਿਲਾਂ ਇਹ ਸਾਂਝੀ ਕਰਨਾ ਚਾਹੂੰਗੀ। ਐਗਜੈਕਟਲੀ, ਅਸੀਂ ਯੂ ਨੋ ਸਾਡੀ ਵੈਬਸਾਈਟ ਹੈ ਜੀ, ਇਟਸ www.newtontennisclub.ca। ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ ਨਿਊਟਨ, ਯੂ ਨੋ ਤੁਹਾਡੇ ਲਿਸਨਰਸ ਨੇ ਉਹ ਸਰਚ ਕਰ ਸਕਦੇ ਆ ਸਾਨੂੰ, ਨਿਊਟਨ ਟੈਨਿਸ ਕਲੱਬ। ਵੀ ਆਰ ਔਨ ਟਵਿੱਟਰ ਐਜ਼ ਵੈਲ, ਸੋ ਇਟਸ ਸਿੰਪਲ, ਵੈਬਸਾਈਟ ਸਰਚ ਗੂਗਲ 'ਤੇ ਨਿਊਟਨ ਟੈਨਿਸ ਕਲੱਬ ਦੇ ਲਈ ਇਨਫੋਰਮੇਸ਼ਨ ਉੱਥੇ ਹੈਗੀ। ਸਾਡੇ ਪ੍ਰੈਜ਼ੀਡੈਂਟ ਸਰਦਾਰ ਜਸਵੀਰ ਸਿੰਘ ਪੰਧੇਰ ਦਾ ਫੋਨ ਨੰਬਰ ਉੱਥੇ ਹੈਗਾ, ਮੈਂ ਆਪਣਾ ਫੋਨ ਨੰਬਰ ਵੀ ਦੇ ਸਕਦਾ ਜੀ। ਮੇਰਾ ਫੋਨ ਨੰਬਰ ਹੈਗਾ ਜੀ 604-655-0880। ਐਨੀਬਡੀ ਕੈਨ ਰੀਚ ਆਊਟ, ਫੋਨ ਕਰ ਸਕਦੇ ਆ, ਟੈਕਸਟ ਕਰ ਸਕਦੇ ਆ, ਵਟਸਐਪ ਕਰ ਸਕਦੇ ਆ, ਦੈਨ ਆਈ ਕੈਨ ਡਾਇਰੈਕਟ ਦੈਮ ਟੂ ਅਵਰ ਵੈਬਸਾਈਟ ਔਰ ਟੂ ਅਵਰ ਮੈਂਬਰਸ਼ਿਪ ਕੋਆਰਡੀਨੇਟਰ ਜੀ। ਰਣਜੀਤ, ਕੋਵਿਡ 19 ਨੇ ਬਹੁਤ ਕੁਛ ਸਟੋਪ ਕਰਤਾ, ਲੋਕਾਂ ਦੀ ਜ਼ਿੰਦਗੀ ਇਜ਼ ਟੋਟਲੀ ਜਸਟ ਸਟੋਪ। ਸਕੂਲ ਬੰਦ ਆ, ਕਾਫੀ ਟਾਈਮ ਕੰਮ ਵੀ ਬੰਦ ਰਹੇ ਸੀ, ਬੱਚੇ ਵੀ ਘਰਾਂ 'ਚ ਬੈਠੇ ਆ। So are you guys planning any after school or jadon summer the vacations ho janiyan school de vichon, so bachiyan de layi koi program tusi set kar rahe hage ha ki jadon school off ho gaye so tusi unhan nu kise tarah apne camp de naal jod sakde ha? Hanji, we want to try to open up as many daily clinics or even like weekend clinics that we can do for kids. Also BC tennis de through asi partnership kiti ab after school programs karna si schoolan de vich ja ke nyanyan nu tennis sikhaiye, but that's only going to happen once you know everything's approved and it's okay and kids are back in school. But in terms of Newton Athletic Park, we want to open clinics there and just have people come out every day, and even if they can't show up every day, every few days, and come out and play and learn the sport and just join together. ਔਰ ਗੁਰਿੰਦਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੋਈ ਸੋਸਾਇਟੀ ਅਸੀਂ ਓਪਨ ਕਰ ਲਈ ਹੈ, ਬਹੁਤ ਸਾਰੀਆਂ ਰਿਸਪੋਂਸਿਬਿਲਟੀਜ਼ ਹੁੰਦੀਆਂ ਕਮਿਊਨਿਟੀ ਦੇ ਵਿੱਚ, ਸਮਰ ਦੇ ਵਿੱਚ ਖਾਸ ਕਰਕੇ ਬਹੁਤ ਸਾਰੇ ਇਵੈਂਟ ਆਉਂਦੇ ਆ, ਸੋ ਤੁਸੀਂ ਇਹੋ ਜਿਹੇ ਕੋਈ ਇਵੈਂਟ ਉਲੀਕੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ? ਬਿਲਕੁਲ ਜੀ, ਸਾਡਾ ਜਿਹੜਾ ਐਨੂਅਲ ਡਬਲਸ ਟੂਰਨਾਮੈਂਟ ਹੁੰਦਾ ਜੀ, ਐਜ਼ ਆਈ ਸੈਡ 2015 ਤੋਂ ਜਦੋਂ ਇਹ ਕਲੱਬ ਅਨਅਫੀਸ਼ਲੀ ਹੋਣ 'ਚ ਆਇਆ ਸੀ, ਹਾਈਲਾਈਟ ਹੁੰਦੀ ਸੀ ਸਾਡੇ ਡਬਲਸ ਟੂਰਨਾਮੈਂਟ ਦੀ। ਇੱਕ ਮੇਲਾ ਲੱਗ ਜਾਂਦਾ ਸੀ ਉੱਥੇ, ਸਾਡੇ ਵਾਲੰਟੀਅਰ ਯੂ ਨੋ ਸਰਦਾਰ ਜਸਵੀਰ ਸਿੰਘ ਪੰਧੇਰ, ਵੰਸ ਅਗੇਨ ਸਾਡੇ ਫੀਅਰਸਮ ਲੀਡਰ, ਸਾਰੇ ਉਹਨਾਂ ਦੀ ਇੰਨੀ ਕੁ ਰਿਸਪੈਕਟ ਕਰਦੇ, ਉਹਨਾਂ ਦੇ ਘਰੋਂ ਦਿਨ ਦੇ ਵਿੱਚ 10 ਵਾਰ ਤਾਂ ਫਰੈਸ਼ ਚਾਹ ਬਣ ਕੇ ਆਉਂਦੀ ਸੀ ਟੂਰਨਾਮੈਂਟ ਦੇ ਲਈ। ਇੰਨੇ ਕੁ ਯੂ ਨੋ ਮੈਂ ਤੁਹਾਨੂੰ ਦੱਸ ਸਕਦਾ ਵੀ ਉਹ ਸਾਰੇ, ਈਵਨ ਜਿਹੜੇ ਵੈਨਕੂਵਰ ਤੋਂ, ਬਰਨਬੀ ਤੋਂ ਜੋ ਵੀ ਖੇਡਣ ਆਉਂਦੇ ਸੀ, ਉਹ ਇੰਨਾ ਕੁ ਜ਼ਿਆਦਾ ਇੰਜੋਏ ਕਰਦੇ ਹੁੰਦੇ ਸੀ ਵੀ ਯੂ ਨੋ ਜਦੋਂ ਕਿਸੇ ਹੋਰ ਟੂਰਨਾਮੈਂਟ 'ਤੇ ਜਾਂਦੇ ਆ ਜਿਹੜੇ ਟੈਨਿਸ BC ਵੱਲੋਂ ਔਰਗਨਾਈਜ਼ ਕੀਤੇ ਜਾਂਦੇ ਆ, ਇੰਨਾ ਉਹਨਾਂ ਦਾ ਸਤਿਕਾਰ ਅਤੇ ਇੰਨਾ ਮਾਣ ਯੂ ਨੋ ਕਿਤੇ ਵੀ ਨਹੀਂ ਹੁੰਦਾ। ਸੋ ਪੰਜਾਬੀ ਕਮਿਊਨਿਟੀ ਵੰਸ ਅਗੇਨ ਸੇਮ ਆਈਡੀਆ। ਸੋ ਉਸ ਟੂਰਨਾਮੈਂਟ ਦੀਆਂ ਡੇਟਾਂ ਟੈਂਟੇਟਿਵਲੀ ਪਲਾਨ 'ਚ ਨੇ, ਵੰਸ ਅਗੇਨ ਪਰਮਿਟਿੰਗ ਯੂ ਨੋ ਹੋਪਫੁਲੀ ਸਿਟੀ ਆਫ ਸਰੀ ਦੀਆਂ ਜਿਹੜੀਆਂ ਲਿਮਿਟੇਸ਼ਨਸ ਨੇ ਗੈਦਰਿੰਗ ਦੇ ਉੱਤੇ, ਈਵਨ ਜਿਹੜੇ ਸਾਡੇ ਟੈਨਿਸ ਕੋਰਟਸ ਨੇ ਉਹਨਾਂ ਉੱਤੇ ਵੀ ਸਿਟੀ ਆਫ ਸਰੀ ਓਨ ਕਰਦੀ ਆ ਉਹਨਾਂ ਟੈਨਿਸ ਕੋਰਟਸ ਨੂੰ, ਸੋ ਉਹ ਲਿਮਿਟ ਕੀਤੀਆਂ ਹੋਈਆਂ ਨੇ ਵੀ ਕੀ ਤੁਸੀਂ ਉੱਥੇ ਖੇਡ ਸਕਦੇ ਹੋ, ਸਿੰਗਲਸ ਖੇਡ ਸਕਦੇ ਹੋ, ਡਬਲਸ ਅਲਾਊਡ ਨਹੀਂ ਹੈਗੀ। ਸੋ ਵੀ ਆਰ ਜਸਟ ਵੇਅਰਿੰਗ ਵੀ ਆਪਾਂ ਇਹ ਜਿਹੜਾ ਮਾੜਾ ਟਾਈਮ ਆ ਜੀ, ਇਹ ਪੈਂਡੈਮਿਕ ਤੋਂ ਥੋੜ੍ਹਾ ਜਿਹਾ ਨਿਕਲੀਏ, ਥੋੜ੍ਹਾ ਜਿਹਾ ਉੱਭਰੀਏ, ਥੋੜ੍ਹੀਆਂ ਜਿਹੀਆਂ ਯੂ ਨੋ ਲਿਮਿਟੇਸ਼ਨਸ ਆਪਣੇ 'ਤੇ ਘਟਣ, ਅਤੇ ਅਰਾਊਂਡ ਦੈਟ ਵਿਲ ਪਲਾਨ ਆਰ ਟੂਰਨਾਮੈਂਟਸ, ਕੈਂਪਸ, ਜੂਨੀਅਰ ਕੈਂਪਸ ਵਿਚ ਆਰ ਟੈਂਟੇਟਿਵਲੀ ਪਲੈਨਡ, ਯੂ ਨੋ ਕਲੀਨਿਕਸ ਪਲਾਨ ਕੀਤੇ ਹੋਏ ਸੀ, ਅਤੇ ਜਿਵੇਂ ਰਣਜੀਤ ਜੀ ਨੇ ਦੱਸਿਆ ਵੀ ਆਫਟਰ ਸਕੂਲ ਪ੍ਰੋਗਰਾਮਿੰਗ ਔਰ ਇਨ ਸਕੂਲ ਪ੍ਰੋਗਰਾਮਿੰਗ, ਉਹ ਇੱਕ ਟੈਨਿਸ BC ਦਾ ਪ੍ਰੋਗਰਾਮ ਹੈ ਜਿਹੜੀ ਉਹ ਜਿਹੜਾ ਉਹ ਸਪੋਂਸਰ ਕਰਦੇ ਨੇ, ਜਿਹਦੇ ਵਿੱਚ ਕਲੱਬਸ ਨੂੰ ਗਾਹਾਂ ਪਾਰਟਨਰਸ਼ਿਪ ਕਰਕੇ ਉਹ ਜਿਹੜੇ ਲੋਕਲ ਸਕੂਲਸ ਹੁੰਦੇ ਆ ਉਹਦੇ ਵਿੱਚ ਜਾ ਕੇ ਤੁਸੀਂ ਗੇਮ ਨੂੰ ਇੰਟਰੋਡਿਊਸ ਕਰਦੇ ਹੋ ਅਤੇ ਫ੍ਰੀ ਕਲੀਨਿਕਸ ਕਰਦੇ ਹੋ, ਅਤੇ ਉਹ ਤੋਂ ਬਾਅਦ ਉਹ ਬੱਚੇ ਜੇ ਕਿਸੇ ਕਲੱਬ ਨੂੰ ਜੁਆਇਨ ਕਰਨਾ ਚਾਹੁਣ ਤਾਂ ਤੁਸੀਂ ਉਹ ਆਪਸ਼ਨ ਪ੍ਰੋਵਾਈਡ ਕਰਦੇ ਹੋ ਉਹਨਾਂ ਨੂੰ। ਸੋ ਹਾਉ ਆਫਟਨ ਤੁਸੀਂ ਉਹ ਜਿਹੜੇ ਕਲੀਨਿਕ ਲਾਉਂਦੇ ਹੈਗੇ ਆ ਰਣਜੀਤ ਜੀ, ਕਿੰਨੇ ਕੁ ਟਾਈਮ ਬਾਅਦ ਤੁਸੀਂ ਉਹ ਲਾਉਂਦੇ ਹੈਗੇ ਆ? I'm going to let Gary answer that since I just newly joined. Oh, actually, oh, schools de hisab naal hunda jo jehda program hai after schools da, oh school board a jehda te oh tennis PC jehdi apni provincial organization a, oh aapas de vich ik calendar banaunde ne ji. Oh calendar bana ke fir oh partnership clubs nu approach karde ne. It could be any sports club, it could be soccer, it could be field hockey, in our case tennis. School de gyms de vich tennis diyan lines marked hundiyan ne, we can go there. ਇਕੁਇਪਮੈਂਟ ਵਾਲੇ ਪਾਸਿਓਂ ਅਸੀਂ ਲਾਸਟ ਈਅਰ ਫੰਡ ਰੇਜ਼ ਕਰਕੇ, ਸਾਡੇ ਬਹੁਤ ਬਹੁਤ ਅਸੀਂ ਧੰਨਵਾਦ ਹਾਂ ਜੀ ਸਾਰੇ ਬਿਜ਼ਨਸਿਸ ਦਾ, ਲੋਕਲ ਬਿਜ਼ਨਸਿਸ ਦਾ ਜਿਨ੍ਹਾਂ ਨੇ, ਓਬਵੀਅਸਲੀ ਇਟਸ ਅ ਨੋਨ ਪ੍ਰੋਫਿਟ,
ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਸੀ ਤੇ ਅਸੀਂ ਕੈਂਪਸ ਦੇ ਲਈ ਇਕੁਇਪਮੈਂਟ ਆਲਰੇਡੀ ਪਰਚੇਸ ਕੀਤਾ ਹੋਇਆ ਬਾਲਸ ਹੋ ਗਈਆਂ ਟੈਨਿਸ ਕੋਰਟਸ ਟੈਨਿਸ ਰੈਕਟਸ ਹੋ ਗਏ ਟੈਨਿਸ ਨੈਟਸ ਹੋ ਗਏ ਥੈਂਕ ਯੂ ਸੋ ਵੀ ਆਰ ਰੈਡੀ ਵੀ ਜਸਟ ਵੇਟਿੰਗ ਫਾਰ ਜਸਟ ਦ ਟਾਈਮਸ ਟੂ ਚੇਂਜ ਔਰ ਇਹ ਜਦੋਂ ਅਸੀਂ ਰਣਜੀਤ ਗੱਲ ਕਰਦੇ ਆ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀ ਕਿ ਕੋਈ ਡਰਾਈਵ ਫੂਡ ਡਰਾਈਵ ਵੀ ਤੁਸੀਂ ਕਰ ਰਹੇ ਹੋ ਸੋ ਉਹਦੇ ਬਾਰੇ ਥੋੜਾ ਜਿਹਾ ਡੀਟੇਲ ਚ ਦੱਸੋਗੇ ਐਕਚੁਅਲੀ ਆ ਫੂਡ ਡਰਾਈਵ ਪੈਂਡੈਮਿਕ ਥਰੂ ਹੀ ਸ਼ੁਰੂ ਹੋਈ ਆ ਅਸੀਂ ਯੂ ਨੋ ਵੀ ਵਾਂਟ ਟੂ ਗਿਵ ਬੈਕ ਟੂ ਆਰ ਕਮਿਊਨਿਟੀ ਅਸੀਂ ਹੈਲਪ ਕਰਨਾ ਚਾਹੁੰਦੇ ਆ ਆਲਸੋ ਯੂ ਨੋ ਸਾਡਾ ਫੰਡਾਮੈਂਟਲ ਇਹੀ ਆ ਅਸੀਂ ਕਮਿਊਨਿਟੀ ਲਈ ਸਾਰਾ ਕੁਝ ਕਰ ਰਹੇ ਹਾਂ ਐਂਡ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਸਿਖਾਇਆ ਵੀ ਵੰਡ ਸਕੋ ਰਾਈਟ ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਤੁਸੀਂ ਹੈਲਪ ਕਰੋ ਸਪੈਸ਼ਲੀ ਜਿਹਨਾਂ ਨੂੰ ਲੋੜ ਆ ਸੋ ਰਾਈਟ ਨਾਓ ਵੀ ਆਰ ਡੂਇੰਗ ਅ ਫੂਡ ਡਰਾਈਵ ਔਨ ਦਿਸ ਸੈਟਰਡੇ ਔਨ ਦ 6th ਐਂਡ ਵੀ ਆਰ ਡੂਇੰਗ ਇਟ ਥਰੂ ਸਰੀ ਫੂਡ ਬੈਂਕ ਸੋ ਵੀ ਆਰ ਟ੍ਰਾਈਂਗ ਟੂ ਜਸਟ ਗੈਟ ਐਸ ਮੱਚ ਐਸ ਵੀ ਕੈਨ ਗਿਵ ਐਂਡ ਡੋਨੇਟ ਐਸ ਮੱਚ ਐਸ ਵੀ ਕੈਨ ਟੂ ਦੋਜ਼ ਹੂ ਰੀਅਲੀ ਨੀਡ ਹੈਲਪ ਸਪੈਸ਼ਲੀ ਥਰੂ ਦਿਸ ਕ੍ਰਾਈਸਿਸ ਬਟ ਸਾਨੂੰ ਅਸੀਂ ਐਕਚੁਅਲੀ ਹਰੇਕ ਸਾਲ ਕਰਨਾ ਚਾਹੁੰਦੇ ਹਾਂ ਸੋ ਅਸੀਂ ਐਤਕੀ ਪਹਿਲੀ ਵਾਰੀ ਕਰ ਰਹੇ ਹਾਂ ਪਰ ਅਸੀਂ ਜ਼ਰੂਰ ਹਰੇਕ ਸਾਲ ਕਰਨਾ ਚਾਹੁੰਦੇ ਹਾਂ ਮੇਕ ਇਟ ਸਮਥਿੰਗ ਦੈਟ ਬਿਕੋਜ਼ ਦਿਸ ਇਜ਼ ਅ ਕਮਿਊਨਿਟੀ ਕਲੱਬ ਦਿਸ ਇਜ਼ ਸਮਥਿੰਗ ਵੀ ਵਾਂਟ ਟੂ ਗਿਵ ਬੈਕ ਐਂਡ ਵੀ ਵਾਂਟ ਟੂ ਡੂ ਐਸ ਮੈਨੀ ਕੈਨ ਹਾਂਜੀ ਹਾਂਜੀ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਰਾਈਟ ਇਨ ਫਰੰਟ ਆਫ ਦ ਟੈਨਿਸ ਕੋਰਟਸ ਇਨ ਦ ਪਾਰਕਿੰਗ ਲਾਟ ਵੀ ਵਿਲ ਬੀ ਪੋਸਟਡ ਦੇਅਰ ਸੋ ਵੀ ਹੈਵ ਅ ਫਲਾਇਰ ਦੈਟ ਹੋਪਫੁਲੀ ਵੀ ਕੈਨ ਸਰਕੂਲੇਟ ਅ ਲਿਟਲ ਬਿਟ ਮੋਰ ਐਂਡ ਵੀ ਵਿਲ ਗੈਟ ਦੈਟ ਆਊਟ ਐਵਰੀਬਾਡੀ ਨੋਨ ਪੈਰਿਸ਼ੇਬਲ ਆਈਟਮਸ ਥਰੂ ਸਰੀ ਫੂਡ ਬੈਂਕ ਤੁਸੀਂ ਸਰੀ ਫੂਡ ਬੈਂਕ ਤੇ ਵੀ ਦੇਖ ਸਕਦੇ ਹੋ ਕੀ ਕੀ ਰਿਕੁਆਇਰ ਕਰਦੇ ਆ ਬੇਬੀ ਆਈਟਮਸ canned goods stuff like this peanut butter and whatnot so we'll be there and we'll be there almost throughout the whole afternoon and all day exactly. And so timing hai kinne baje start honi hai food drive 11 baje to lai ke 2 baje tak da plan hai ga ji ek hor cheez main is food drive bare dassna chahunga vi it's strictly drive through yes absolutely so volunteers honge mask pai honge gloves pai honge tusi gaddi leke honi hai apni te ਆਪਣਾ ਟਰੰਕ ਖੋਲਣਾ ਅਸੀਂ ਤੁਹਾਡੀ ਗੱਡੀ ਚੋਂ ਸਮਾਨ ਕੱਢਾਂਗੇ ਐਂਡ ਦੇਰਸ ਨੋ ਨੀਡ ਟੂ ਗੈਟ ਆਊਟ ਇਟਸ ਡਰਾਈਵ ਥਰੂ ਰਿਫਰੈਸ਼ਮੈਂਟਸ ਵੀ ਹੋਗੇ ਚਾਹ ਸਮੋਸੇ ਯੂ ਨੋ ਵੀਲ ਡੂ ਦ ਬੈਸਟ ਵੀ ਕੈਨ ਪੰਜਾਬੀ ਨੇ ਕਮੈਂਟ ਯੂ ਹੈਵ ਟੂ ਰਾਈਟ ਸੋ ਵੀਲ ਡੂ ਦ ਬੈਸਟ ਦੈਟ ਵੀ ਕੈਨ ਬਟ ਵੀ ਵਾਂਟ ਟੂ ਅਬਾਈਡ ਬਾਈ ਦ ਸੋਸ਼ਲ ਡਿਸਟੈਂਸਿੰਗ ਰੂਲਸ ਐਂਡ ਸਟਿਲ ਹੈਲਪ ਅਸ ਮਚ ਐਸ ਵੀ ਕੈਨ ਸਮ ਪੀਪਲ ਫੂਡ ਨੀਡ ਡੋਨੇਟ ਕਰਦੇ ਤੇ ਉਹ ਮਨੀ ਵਗੈਰਾ ਡੋਨੇਟ ਕਰਨੀ ਚਾਹੁੰਦੇ ਸੋ ਇਹੋ ਜਿਹਾ ਕੁਝ ਆਨਲਾਈਨ ਵੀ ਤੁਸੀਂ ਸੈੱਟ ਕੀਤਾ ਕਿ ਕਈ ਨਹੀਂ ਆਉਣਾ ਚਾਹੁੰਦੇ ਕਈ ਕਹਿੰਦੇ ਕਿ ਅਸੀਂ ਇਹੋ ਜਿਹੀ ਸਿਚੁਏਸ਼ਨ ਚ ਬਾਹਰ ਜਾਣਾ ਹੀ ਨਹੀਂਗਾ ਸੋ ਤੁਸੀਂ ਆਨਲਾਈਨ ਕੁਝ ਸੈੱਟ ਕੀਤਾ ਕਿ ਉਹ ਤੁਹਾਨੂੰ ਉੱਥੇ ਡੋਨੇਟ ਕਰ ਸਕਦੇ ਆ ਬਜਿੰਦੇ ਅਸੀਂ ਸੋਚਿਆ ਸੀ ਉਸ ਬਾਰੇ ਵੀ ਡੋਨੇਟ ਯੂ نو ਸੋਸ਼ਲ ਮੀਡੀਆ ਦੇ ਥਰੂ ਡੋਨੇਟ ਕਰ ਸਕਦੇ ਆ ਹਾਊਐਵਰ ਪ੍ਰਾਇਮਰੀ ਆਈਡੀਆ ਸਾਡਾ ਹੈਗਾ ਫੂਡ ਦਾ ਜੀ However, option hegi ya utthe je tusi drive through tode kole food nahi hega to tode kole car tode car de vich change payi hai thodi bahuti so serious jehdi serious sari da sari food bank we are working in partnership jinia bhi proceeds ne sariyan even monetary donations so we will have a donation box there tusi drive through jana apni change hegi ya donation box de vich pa ke ja sakde so tusi eh first time kar rahe ho haan ji ਔਰ ਜਦੋਂ ਅਸੀਂ ਕਹਿੰਦੇ ਆ ਫੂਡ ਡਰਾਈਵ ਕਰਨੀ ਹੈ ਤੇ ਤੁਸੀਂ ਸਰੀ ਫੂਡ ਬੈਂਕ ਦੇ ਵੀ ਕਰ ਰਹੇ ਹੋ ਹਾਂਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਤੁਸੀਂ ਪਹਿਲਾਂ ਦੱਸਿਆ ਕਿ ਤੁਸੀਂ ਹੁਣ ਆਫਟਰ ਸਕੂਲ ਪ੍ਰੋਗਰਾਮ ਵੀ ਕਰ ਰਹੇ ਹੋ ਹੋਰ ਵੀ ਬਹੁਤ ਕੁਛ ਜਦੋਂ ਹੁਣ ਕੋਵਿਡ ਆ ਇਹਦੇ ਕਰਕੇ ਬਹੁਤ ਸਾਰੀਆਂ ਗਾਈਡਲਾਈਨਸ ਆ ਜਿਹੜੀਆਂ ਸਾਨੂੰ ਫੋਲੋ ਕਰਨੀਆਂ ਪੈਂਦੀਆਂ ਪਰ ਕੋਈ ਇਹੋ ਜਿਹਾ ਤੁਸੀਂ ਵੇ ਕੀਤਾ ਹੈਗਾ ਕਿ ਤੁਸੀਂ ਜੇ ਕੋਈ ਚਾਹਵੇ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਲੈਣੀ ਕਈ ਵਾਰੀ ਕਈਆਂ ਨੂੰ ਹੁੰਦਾ ਕਿ ਕੋਈ ਫੋਨ ਲਾਈਨਸ ਹੈਗੀਆਂ ਤੁਹਾਡੇ ਕੋਲੋਂ ਇਨਫੋਰਮੇਸ਼ਨ ਲੈ ਲੈਣ ਜਾਂ ਆਨਲਾਈਨ ਕੋਈ ਇਨਫੋਰਮੇਸ਼ਨ ਤੁਸੀਂ ਪਾਈ ਹੈਗੀ ਹੈ ਟੈਨਿਸ ਬਾਰੇ ਕਿ ਲੋਕੀ ਉਹਦੇ ਤੋਂ ਵੀ ਇਨਫੋਰਮੇਸ਼ਨ ਲੈ ਸਕਣ ਕਿ ਉਹ ਕਦੋਂ ਤੁਹਾਡੇ ਟੂਰਨਾਮੈਂਟ ਹੋਣਗੇ ਕੀ ਹੋਊਗਾ ਕੱਪ ਅਪਕਮਿੰਗ ਇਵੈਂਟ ਕਦੋਂ ਆ ਕਿਉਂਕਿ ਹੁਣ ਤੁਸੀਂ ਸਾਡੇ ਕੋਲ ਆ ਕੇ ਤਾਂ ਇਨਫੋਰਮੇਸ਼ਨ ਦੇ ਗਏ ਪਰ ਕਈ ਲੋਕ ਆਨਲਾਈਨ ਇਨਫੋਰਮੇਸ਼ਨ ਜ਼ਿਆਦਾ ਕਰਦੇ ਆ ਸੋ ਤੁਸੀਂ ਆਪਣੀ ਵੈਬਸਾਈਟ ਤੇ ਸਾਰਾ ਕੁਝ ਅਪਡੇਟ ਰੱਖਿਆ ਹੈਗਾ ਐਗਜ਼ੈਕਟਲੀ ਹਾਂਜੀ ਸਾਡੀ ਐਜ਼ ਆਈ ਸੈਡ ਮੈਂ ਤੁਹਾਨੂੰ ਪਹਿਲਾਂ ਇੰਟਰਵਿਊ ਦੇ ਵਿੱਚ ਦੱਸਿਆ ਸੀ ਮੈਂ ਤੇ ਗੁਰਮੁਖ ਜੀ ਸਾਡੇ ਸੈਕਟਰੀ ਸਾਹਿਬ ਰਾਤ ਅਸੀਂ 11 11:30 ਵਜੇ ਮੈਂ ਕਿਹਾ ਆਮ ਸਾਈਨਿੰਗ ਆਫ ਆਮ ਡਨ ਰਾਈਟ ਵੀ ਆਰ ਸਟਿਲ ਵਰਕਿੰਗ ਕਜ਼ ਉਹ ਵੈਬਸਾਈਟ ਅਪ ਸੇ ਅਪਡੇਟ ਕਰ ਰਹੇ ਸੀ ਮੈਂਬਰਸ਼ਿਪ ਫਾਰਮਸ ਦੇ ਨਾਲ ਸੋ ਔਰ ਵੈਬਸਾਈਟ ਇਜ਼ ਵੈਰੀ ਫੰਕਸ਼ਨਲ ਅਪਡੇਟਡ ਇਨਫੋਰਮੇਸ਼ਨ ਆ ਉਹਦੇ ਤੇ ਸੋ ਆਈ ਵੁੱਡ ਰਿਕਮੈਂਡ ਤੁਹਾਡੇ ਲਿਸਨਰਸ ਨੂੰ ਸਿਰਫ ਨਿਊਟਨ ਟੈਨਿਸ ਕਲੱਬ ਗੂਗਲ ਦੇ ਵਿੱਚ ਪਾਉਣਾ ਆ ਤੇ ਇਟ ਵਿਲ ਗੋ ਸਟ੍ਰੇਟ ਟੂ ਦੈਟ ਵੈਬਸਾਈਟ ਸੋ ਰਣਜੀਤ ਸਿੰਸ ਯੂ ਜੁਆਇਨ ਤੁਸੀਂ ਲੇਡੀਜ਼ ਦੇ ਨਾਲ ਕਿੰਨੀਆਂ ਕਦੇ ਨਾਲ ਗੱਲਬਾਤ ਕੀਤੀ ਕਿਵੇਂ ਕਦੀ ਫੀਡਬੈਕ ਆਈ ਕੀ ਸੋਚਦੀਆਂ ਉਹ ਟੈਨਿਸ ਨੂੰ ਲੈ ਕੇ ਵੈਲ ਆਈਵ ਬੀਨ ਵੈਰੀ ਬਿਜ਼ੀ ਵਿਦ ਮਾਈ ਕਿਡਸ ਐਂਡ ਕੋਵਿਡ
But I played with a few ladies on the tennis court, and sare menu ehi kende, but we don't always like playing with the uncles that are out here. I know that was my personal experience too. I felt I wanted to rally more than play with matches. Funny story, mera experience ehi re aya Newton Athletic Club de vich, but jadon vi main jandi si ki 5 minta baad menu keh dende si vi match sa na khedo. And I'm sitting here thinking, 5 minta baad ta nahi main khedna, main warm up karna chahuni, main thoda ja khedna chahuni, all right, then maybe match khedange. A little bit competitive side, you know, which I understand. But the ladies that I have talked to, ona di ehi same soch si ki, you know, kai vari si just rally karna chahune and just pehla practice karna chahune thodi jahi. And dooji ga, I think intimidate ho jande thodi jahi because there's too many men out there and there's not enough ladies. And I'm hoping that if we encourage more ladies to get out there and play, then, you know, we have a little bit more say in how we want to run things and how we want to do things out there. So, tuhanu pata ki Punjabi ch tennis nu ki kehnde hai jehda khelde assi ki keh rahe no waise jadon da Punjabi ch ida na ki hai tuhanu nahi pata hoga na mainu yaad hai ki kai vari log jadon langde hai ladies Newton Park de kol di langdiyan hegiyan hai haanji te hamesha oh kehnde hai ki assi gaye si utthe na jaliyan la ke te utthe oh chidi balla khelde hai ਖੇਡੂਗੇ just knowledge idea actually okay sach bolan te okha hega je tusi compete karo but it's not okha to have fun bar ja ke just hasna khedna thoda ja run around karna you know it's not hard at all it's very easy I think hardest part eh hai ab tusi apne gharon nikal ke court de vich jana that's the hardest part I want to add on to it Pachinder yeah once again Ranjit ji ne sanu join kita however ਪਿਛਲੇ ਸਾਲ ਐਜ਼ ਐਨ ਐਗਜ਼ੈਕਟਿਵ ਕਮੇਰੀ ਜਦੋਂ ਇਕੱਠੇ ਹੋ ਕੇ ਵੀ ਇਹਦਾ ਇਹਨੂੰ ਲੋਟ ਆਫ ਅਸ ਆਈ ਪਲੇਡ ਟੈਨਿਸ ਜਦੋਂ ਮੈਂ ਛੋਟਾ ਹੁੰਦਾ ਸੀ ਇੰਡੀਆ ਦੇ ਵਿੱਚ ਆਈ ਵਾਜ਼ ਲੱਕੀ ਮੇਰੇ ਸਕੂਲ ਦੇ ਵਿੱਚ ਕੋਚ ਸੀ ਮੇਰੇ ਕਾਲਜ ਦੇ ਵਿੱਚ ਕੋਚ ਸੀ ਸੋ ਆਈ ਗਾਟ ਦੀ ਓਪਰਚੁਨਿਟੀ ਟੂ ਪਲੇ ਵਿਦ ਅ ਕੋਚ ਲਰਨ ਕਰਨਾ ਗੇਮ ਨੂੰ ਹਾਊ ਐਵਰ ਅ ਲੋਟ ਆਫ ਅਸ ਡੋਂਟ ਹੈਵ ਹੈਡ ਯੂ ਨੋ ਉਹ ਆਪਸ਼ਨ ਹੈ ਨਹੀਂ ਸੀ ਉਹਨਾਂ ਨੂੰ ਸੋ ਜਿਵੇਂ ਵੀ ਗੇਮ ਆਈ ਆ ਕੇ ਕੋਰਟ ਦੇ ਵਿੱਚ ਖੇਡਣ ਲੱਗ ਗਏ ਜ਼ਰੂਰ ਸੀ ਸੋ ਸੋਚਿਆ ਗਿਆ ਵੀ ਇਹਦਾ ਵਿਜ਼ਨ ਵੀ ਗਾਟਾ ਹੈਵ ਕਲੱਬ ਦੀ ਇੱਕ ਸਟੈਂਡਰਡ ਹੋਣਾ ਚਾਹੀਦਾ ਸੋ ਅਸੀਂ ਬਹੁਤ ਲੱਕੀ ਸੀਗੇ ਆਪਣੇ ਇੱਥੇ ਇੱਕ ਪੰਜਾਬੀ ਪਲੇਅਰ ਨੇ ਅਮਨਦੀਪ ਵੜੈਚ ਇੰਡੀਆ ਦੇ ਬੌਂਡ ਨੇ ਅੰਮ੍ਰਿਤਸਰ ਦੇ ਬੌਂਡ ਨੇ ਉਹ ਇੰਡੀਆ ਦੀ ਡੇਵਿਸ ਕੱਪ ਟੀਮ ਵਿੱਚ ਖੇਡ ਚੁੱਕੇ ਨੇ ਉਹ ਯੂਨੀਵਰਸਿਟੀ ਦੇ ਸਕੋਲਰਸ਼ਿਪ ਦੇ ਉੱਤੇ ਉਹ ਹਵਾਈ ਆਏ ਹਵਾਈ ਆ ਕੇ ਉਹਨਾਂ ਨੂੰ ਸਕੋਲਰਸ਼ਿਪ ਲੱਗੀ ਜਿਵੇਂ ਰਣਜੀਤ ਦੱਸ ਰਹੇ ਸੀ ਇੰਡੀਆ ਤੋਂ ਸਕੋਲਰਸ਼ਿਪ ਲੱਗੀ ਉਹਨਾਂ ਨੇ ਹਵਾਈ ਆ ਕੇ ਪੜ੍ਹਾਈ ਕੀਤੀ ਹੁਣ ਉਹ ਡੈਲਟਾ 'ਚ ਰਹਿੰਦੇ ਨੇ ਸੋ ਵੀ ਅਪਰੋਚਡ ਅਮਨ ਐਂਡ ਸੇ ਹੇ ਯੂ ਨੋ ਵਟ ਯੂ ਆਰ ਦ ਟੈਕਨੀਕਲ ਗਾਏ ਟੀਚ ਅਸ ਸਮਥਿੰਗ ਐਂਡ ਕੈਨ ਵੁੱਡ ਯੂ ਬੀ ਵਿਲਿੰਗ ਟੂ ਕਮ ਔਨ ਬੋਰਡ ਜਦੋਂ ਉਹਨਾਂ ਨੂੰ ਅਸੀਂ ਅਪਰੋਚ ਕੀਤਾ ਤਾਂ ਕਲੱਬ ਨੇ ਉਹਨਾਂ ਨੂੰ ਐਜ਼ ਅ ਟੈਕਨੀਕਲ ਡਾਇਰੈਕਟਰ ਐਜ਼ ਐਨ ਐਡਵਾਈਜ਼ਰ ਅਪੁਆਇੰਟ ਕੀਤਾ ਹੋਇਆ ਸੀ ਸੋ ਉਹਨਾਂ ਦੀ ਜ਼ਿੰਮੇਵਾਰੀ ਆ ਕੋਚਿਸ ਡਿਵੈਲਪ ਕਰਨੇ ਵਿਦ ਇਨ ਅਸ ਮੇਰੇ ਨਾਲ ਗੱਲ ਕਰਕੇ ਵੀ ਹਾਂ ਇਫ ਆਈ ਵਾਂਟ ਟੂ ਟੇਕ ਕੋਚਿੰਗ ਲੈਸਨਸ ਐਂਡ ਐਵਰੀਥਿੰਗ ਸੋ ਹੀ ਇਜ਼ ਦ ਟੈਕਨੀਕਲ ਸਾਈਡ ਆਫ ਟੈਨਿਸ ਵੀ ਆਰ ਵੈਰੀ ਵੈਰੀ ਹੈਪੀ ਇੰਨਾ ਲਾਈਕ ਇੰਨਾ ਇੰਪੋਰਟੈਂਟ ਉਹ ਵੀ ਵਾਲੰਟੀਅਰ ਸੋ ਵੀ ਆਰ ਰੀਅਲੀ ਹੈਪੀ ਅਮਨ ਨੇ ਸਾਨੂੰ ਜੁਆਇਨ ਕੀਤਾ ਹੋਇਆ ਸੋ ਬੇਸਡ ਔਨ ਦੈਟ ਸੋ ਟੈਕਨੀਕਲ ਸਾਈਡ ਬੱਚਿਆਂ ਨੂੰ ਐਂਡ ਈਵਨ ਲੇਡੀਜ਼ ਵੈਨ ਦੇ ਵਿਲ ਜੁਆਇਨ ਵੀ ਹੈਵ ਸਰਟੀਫਾਈਡ ਕੋਚਿਸ ਉਹਨਾਂ ਦੀ ਸਰਟੀਫਿਕੇਸ਼ਨ ਵੀ ਹੈਵ ਰਾਈਟ ਨਾਓ 5 coaches jede bc certified with their you know licenses jede ke tennis khonge bachiyan nu that's great and yeah. Ki message dus dena chahunde ha ji you know first and foremost sari community nu hath jod ke benti hoyi ha ji saturday nu sadnu support karo haan ji oh bahut ik bada dena sadi you know we want to be successful as I said you know food di jedi bahut load hai ਮੈਂ ਸਰੀ ਫੂਡ ਬੈਂਕ ਨਾਲ ਜਦੋਂ ਗੱਲ ਕਰਦਾ ਸੀ ਦੇ ਕੈਂਟ ਕੀਪ ਅਪ ਇਸ ਪੈਂਡੈਮਿਕ ਨੇ ਬਹੁਤ ਜ਼ਿੰਦਗੀ ਚੇਂਜ ਕੀਤੀ ਹੈ ਜੀ ਬਹੁਤ ਲੋਕਾਂ ਦੀ ਜ਼ਿੰਦਗੀ ਚੇਂਜ ਕੀਤੀ ਹੈ ਲੋਟ ਆਫ ਪੀਪਲ ਆਰ ਵਿਦਆਊਟ ਜੋਬਸ ਸੋ ਸਾਡਾ ਮੇਨ ਹੈਗਾ ਜਿਵੇਂ ਯੂ ਨੋ ਵੰਡ ਛਕਣ ਵਾਲਾ ਆਪਣਾ ਦਸਵੰਧ ਕੱਢੋ ਜਸਟ ਡਰਾਈਵ ਥਰੂ ਵਿਲ ਬੀ ਦੇਅਰ and we'll take the food out and feel good about it yeah thank you and it doesn't have to be a lot it has you know just you coming out there and even donating a little bit is what means more than anything and at the end of the day you have to remember we're doing this to help people exactly thank you guys for great information bahut badhiya lagya thode na gal karke
ਔਰ ਬੜਾ ਕੁਝ ਅੱਜ ਮੈਂ ਵੀ ਸਿੱਖਿਆ ਕਿ ਟੈਨਿਸ ਕਿਵੇਂ ਖੇਲਦੇ ਹੁੰਦੇ ਆ ਰਣਜੀਤ ਇਟਸ ਵੈਰੀ ਇਨਸਪਾਇਰਿੰਗ ਕਿ ਤੁਸੀਂ ਲੇਡੀਜ਼ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਔਰ ਤੁਸੀਂ ਆਪਣੀ ਸਟੋਰੀ ਸਾਨਾ ਸਾਂਝੀ ਕੀਤੀ ਕਿ ਤੁਹਾਡੇ ਮਦਰ ਨੇ ਤੁਹਾਨੂੰ ਕਿਵੇਂ ਐਨਕਰੇਜ ਕੀਤਾ ਸੋ ਇਟਸ ਗ੍ਰੇਟ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮਚ ਜੀ ਤੇ ਸਾਂਝਾ ਟੀਵੀ ਦਾ ਤੁਹਾਡੀ ਸਾਰੀ ਟੀਮ ਦਾ ਜੀ ਬਹੁਤ ਬਹੁਤ ਥੈਂਕ ਯੂ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਕਹਿੰਦੇ ਇਨਸਾਨ ਜਿਹੜਾ ਆ ਉਹ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਸੁਪਨੇ ਦੇਖਦਾ ਰਹਿੰਦਾ ਹੈ ਤੇ ਅਸੀਂ ਸਾਰੇ ਸੁਪਨੇ ਦੇਖਦੇ ਹਾਂ ਪਰ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਸਟਾਪ ਕਰ ਲੈਂਦੇ ਹਾਂ ਕਿ ਨਹੀਂ ਸ਼ਾਇਦ ਮੈਂ ਨਹੀਂ ਕਰ ਸਕਦਾ ਪਰ ਜ਼ਿੰਦਗੀ ਦੇ ਵਿੱਚ ਕਹਿੰਦੇ ਹਰ ਇੱਕ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਸੋ ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀਂ ਲੱਗਦੀਆਂ ਹੌਸਲਿਆਂ ਨੂੰ ਖੰਭ ਖਿਲਾਰਨੇ ਪੈਂਦੇ ਆ ਸੋ ਆਓ ਅਸੀਂ ਰਲ ਕੇ ਸ਼ਨਿਚਰਵਾਰ 6 ਜੂਨ ਨੂੰ ਇਸ ਫੂਡ ਡਰਾਈਵ ਦੇ ਵਿੱਚ ਜਾਈਏ ਔਰ ਨਿਊਟਨ ਪਾਰਕ ਦੇ ਵਿੱਚ ਹੋਣ ਜਾ ਰਹੀ ਆ ਤੇ ਅਸੀਂ ਉੱਥੇ ਡਰਾਈਵ ਥਰੂ ਕੁਛ ਵੀ ਫੂਡ ਡਰੋਪ ਕਰਨਾ ਕਰ ਸਕਦੇ ਹਾਂ ਤੇ ਗੁਰੂ ਨਾਨਕ ਦੇ ਬਚਨਾਂ ਤੇ ਅਸੀਂ ਚੱਲ ਸਕਦੇ ਹਾਂ ਕਿ ਨਾਮ ਜਪੀਏ ਵੰਡ ਛਕੀਏ ਤੇ ਕਿਰਤ ਕਰੀਏ ਸੋ ਆਓ ਇਸੇ ਤਰ੍ਹਾਂ ਹੀ ਅਗਲੀ ਵਾਰ ਖਾਸ ਮੁਲਾਕਾਤ ਵਿੱਚ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੀ ਪਰ ਅੱਜ ਸਮਾਂ ਕਹਿੰਦਾ ਤੁਹਾਤੋਂ ਇਜਾਜ਼ਤ ਲੈਣੀ ਹੈ ਸੋ ਖਿਆਲ ਰੱਖਿਓ ਜੀ ਸਤਿ ਸ਼੍ਰੀ ਅਕਾਲ